ਜਿੰਦਾ ਹੀ ਬਸ ਸਕਦਾ ਜੀ ਇਦਾਂ ਨਿਕਲ ਗਿਆ ਹੋਵੇ ਐਨੀ ਬਸ ਸਕਦਾ ਜੀ ਇਦਾਂ ਬੰਦਾ ਨਹੀਂ ਲਾਤੇ ਫਸੀ ਆ ਕਹਿੰਦੇ ਬਸ ਡਰਾਈਵਰ ਬਸ ਜੀ ਆਪਣੇ ਅਮਨ ਅੱਜ ਸਵੇਰੇ ਮੋਰਨਿੰਗ 6 ਵਜੇ ਦੇ ਕਰੀਬ ਜੀ ਸਾਡੇ ਗੁਰਦਾਸਪੁਰ ਦੀ ਡਰਾਈਵਰ ਫੋਰਸ ਲੈ ਕੇ ਜਲੰਧਰ ਤੋਂ TAP ਤੋਂ ਲੈ ਕੇ ਆ ਰਿਹਾ ਸੀਗਾ ਜੀ। ਉਹ ਅਚਾਨਕ ਇੱਥੇ ਟਰਾਲਾ ਖੜਾ ਸੀਗਾ ਰੋਡ ਤੇ, ਉਹਦੇ ਵਿੱਚ ਵੱਜ ਗਈ ਆ। ਉਹ ਵੱਜਣ ਕਾਰਨ ਜਿਹੜੇ ਹੈਗੇ ਡਰਾਈਵਰ ਦੀ ਡੈਥ ਹੋ ਗਈ ਆ, ਇੱਕ ਨਾਲ ਲੇਡੀ ਕਾਂਸਟੇਬਲ ਸੀ ਉਹਦੀ ਡੈਥ ਹੋਈ ਆ ਜੀ, ਇੱਕ ਮੁਲਾਜ਼ਮ ਹੋਰ ਆ ਜਿਹਦੀ ਡੈਥ ਹੋਈ ਆ, ਤੇ 3-4 ਮੁਲਾਜ਼ਮ ਇੰਜਰਡ ਹੋਏ ਆ ਜੀ। ਉਹਨਾਂ ਨੂੰ ਫਸਟ ਏਡ ਦੇ ਕੇ ਹੋਸਪਿਟਲ ਭੇਜਿਆ ਜੀ, ਉੱਥੋਂ ਕੁਛ ਰੈਫਰ ਕੀਤੇ 2 ਜੀ ਜਲੰਧਰ ਨੂੰ, ਤੇ ਬਾਕੀ DSP ਸਾਹਿਬ ਆ ਸਾਡੇ ਵਿਰਕ ਸਾਹਿਬ ਮੌਕੇ ਤੇ ਜੀ, ਉੱਥੇ ਉਹ ਕਰ ਰਹੇ ਆ ਜੀ। ਅਜੇ ਫਿਲਹਾਲ ਕੋਈ ਕਾਰਨ ਦਾ ਪਤਾ ਨਹੀਂ ਗਾ ਜੀ ਕਿਵੇਂ ਹੋਇਆ ਜੀ, ਉਹ ਬਾਕੀ ਸਾਰੀ ਜਾਣਕਾਰੀ ਦੇਖਦੇ ਆ ਜੀ, ਉਸ ਤੋਂ ਬਾਅਦ ਦਵਾਂਗੇ। ਮੁਲਾਜ਼ਮਾਂ ਦੀ ਜਿਹੜੀ ਬੱਸ ਆ ਜੀ, ਇਹ ਜਲੰਧਰ ਤੋਂ PAP ਸੈਂਟਰ ਤੋਂ ਲੈ ਕੇ ਇਹ ਆਪਣੇ ਗੁਰਦਾਸਪੁਰ ਨੂੰ ਜਾ ਰਹੇ ਸੀਗੇ ਜੀ। ਕਿੰਨੇ ਜਾਣੇ ਸੀਗੇ ਜੀ ਮੁਲਾਜ਼ਮ? ਸੀਗੇ ਜੀ 15-20 ਜਾਣੇ ਸੀਗੇ ਜੀ।